एडवोकेट हरीश राय डांडा को पंजाब एंड हरियाणा बार काउंसलिंग एसोसिएशन के मेंबर चुने जाने पर आज लुधियाना टैक्स एंड बार एसोसिएशन की तरफ से हरीश राय डांडा को सम्मानित किया गया। मुश्किल जिन्या भी है असि एक कमेटी गठित कर देनी है बार काउंसिल वालों जी टैक्स लॉयर्स के पूरी प्रॉब्लम्स ऑलवेज एड्रैस करूगी बिकॉज इन्हों की रिप्रजेंटेन कदे प्रॉपर होंगी नहीं। मैं समझदा अज मेरे राही एक टैक्स लॉयर की रिप्रजेंटेन हुई है ਉਹਨੂੰ ਅਸੀਂ ਪ੍ਰੋਪਰ ਢੰਗ ਨਾਲ ਸੋਲਵ ਕਰਾਂਗੇ। ਦੂਜਾ ਬਾਰ ਕੌਂਸਲ ਦੀ ਫੰਕਸ਼ਨਿੰਗ 'ਚ ਬਹੁਤ ਇੰਪਰੂਵਮੈਂਟ ਦੀ ਲੋੜ ਹੈ ਐਂਡ ਜਿਹੜਾ ਸਾਡਾ ਹੁਣ ਗਰੁੱਪ ਫਾਰਮ ਹੋਇਆ ਉਹ ਸਾਰਿਆਂ ਨੇ ਇਸ ਚੀਜ਼ ਦਾ ਅਹਿਸਾਸ ਕੀਤਾ ਅਤੇ ਅਸੀਂ ਵੈਰੀ ਸੂਨ ਡਰਾਸਟਿਕ ਚੇਂਜਸ ਇਨ ਵਰਕਿੰਗ ਆਫ ਬਾਰ ਕੌਂਸਲ ਲੈ ਕੇ ਆਵਾਂਗੇ ਜਿਹਦੇ ਨਾਲ ਲੋਇਰ ਕਮਿਊਨਿਟੀ ਦਾ ਟਰੱਸਟ ਹੈ ਜਿਹੜਾ ਬਾਰ ਕੌਂਸਲ 'ਚ ਉਹ ਸਟੈਬਲਿਸ਼ ਹੋਊਗਾ। ਸਰ ਪਿੱਛੇ ਕਾਫੀ ਦੇਰ ਤੋਂ ਉੱਤੋਂ ਸਾਡੀਆਂ ਟੈਕਸ ਬਾਰ ਦੀਆਂ ਟੈਕਸ ਐਡਵੋਕੇਟਸ ਦੀਆਂ ਡਿਮਾਂਡਸ ਪੈਂਡਿੰਗ ਸੀਗੀਆਂ, ਬਾਰ ਕੌਂਸਲ ਉੱਤੇ ਕੋਈ ਧਿਆਨ ਨਹੀਂ ਸੀ ਦੇ ਰਹੀ। ਯੰਗ ਲਾਇਰਸ ਜਿਹੜੇ ਆ ਰਹੇ ਸੀ ਉਹਨਾਂ ਦਾ ਅੱਗੋਂ ਫਿਊਚਰ ਬ੍ਰਾਈਟ ਹੋਵੇ, ਉਹਨਾਂ ਨੂੰ ਕੋਈ ਗਾਈਡੈਂਸ ਨਹੀਂ ਸੀ ਦਿੱਤੀ ਜਾ ਰਹੀ। ਟਾਂਡਾ ਜੀ ਇੱਕ ਬਹੁਤ ਹੀ ਸੂਝਵਾਨ ਲੀਡਰ ਹੈ, ਸਾਨੂੰ ਐਕਸਪੈਕਟੇਸ਼ਨ ਹੈ ਇਹ ਸਾਰੇ ਐਡਵੋਕੇਟਸ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ ਅਤੇ ਪ੍ਰੈਫਰੈਂਸ ਦੇ ਉੱਤੇ ਉਹਨਾਂ ਨੂੰ ਸੌਟ ਆਊਟ ਕਰਨਗੇ ਕਿਉਂਕਿ ਬਿਲਕੁਲ ਗਰਾਊਂਡ ਨਾਲ ਜੁੜੇ ਹੋਏ ਨੇਤਾ ਹੈ ਅਤੇ ਇਹਨਾਂ ਦੀ ਇਹ ਹੈ ਕਿ ਈਜ਼ੀਲੀ ਅਪਰੋਚੇਬਲ ਵੀ ਹੈ ਔਰ ਈਜ਼ੀਲੀ ਹਰੇਕ ਨੂੰ ਮਿਲਦੇ ਵੀ ਹੈ, ਗੱਲ ਵੀ ਕਰਦੇ ਹੈ ਤਾਂ ਸਾਨੂੰ ਉਮੀਦ ਹੈ ਕਿ ਜਿੰਨੇ ਵੀ ਐਡਵੋਕੇਟਸ ਇਹਨਾਂ ਕੋਲ ਆਪਣੀਆਂ ਪ੍ਰੋਬਲਮਸ ਲੈ ਕੇ ਜਾਣਗੇ ਇਹ ਉਹਨਾਂ ਨੂੰ ਪ੍ਰਾਇਰਟੀ ਦੇ ਸੌਟ ਆਊਟ। ਸੋ ਅਸੀਂ ਉਮੀਦ ਕਰਦੇ ਹਾਂ ਸਾਰੇ ਹਰੀਸ਼ ਜੀ ਤੋਂ ਕਿ ਅੱਗੋਂ ਸਾਡੇ ਵਕੀਲਾਂ ਦੇ ਹਿੱਤ ਵਾਸਤੇ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਜਿਹੜੀ ਸਾਡੀ ਪੇਰੈਂਟ ਬੋਡੀ ਹੈ, ਮੋਸਟ ਸਟਰੋਂਗ ਬੋਡੀ ਹੈ ਔਰ ਇਹਦੇ ਵਿੱਚ ਕੋਈ ਵੀ ਇਸ਼ੂ ਜਿਹੜਾ ਲਿਆ ਜਾਂਦਾ ਉਹ ਇੱਕ ਕਾਨੂੰਨ ਦਾ ਰੂਪ ਅਲਟੀਮੇਟਲੀ ਧਾਰਨ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ। ਸੋ ਇਹ ਸਾਡੇ ਕਾਜ ਨੂੰ ਉੱਥੇ ਰੱਖਣਗੇ ਔਰ ਸਾਨੂੰ ਉਮੀਦ ਹੈ ਕਿ ਹੋਲ ਹਲਟਡਲੀ ਜਿੱਦਾਂ ਇਹ ਕੰਮ ਸਾਡੇ ਵਾਸਤੇ ਕਰਦੇ ਨੇ ਔਰ ਇਹ ਹਰ ਮੁਸ਼ਕਲ ਦੇ ਵਿੱਚ ਸਾਡੇ ਹਰ ਬਾਰ ਮੈਂਬਰ ਨਾਲ ਖੜ੍ਹੇ ਹੁੰਦੇ ਨੇ, ਇਸ ਕਰਕੇ ਮੈਂ ਬਹੁਤ ਹੀ ਖੁਸ਼ੀ ਅਨੁਭਵ ਕਰ ਰਿਹਾ ਔਰ ਆਪਣੀ ਬਾਰ ਵੱਲੋਂ ਇਹਨਾਂ ਨੂੰ ਵਧਾਈ ਦਿੰਦਾ ਔਰ ਸਾਡਾ ਇਹ ਮਾਰਗਦਰਸ਼ਨ ਕਰਨਗੇ।